ਹੀ ਲੜਕੀਆਂ ਦਾ ਮੁੱਦਾ ਸੀ ਜਿਹੜਾ ਕਿ ਸਾਲਾਂ ਤੋਂ ਚੱਲਦਾ ਆ ਰਿਹਾ, ਜੋ ਕਿ ਜਦੋਂ ਦੀ ਮੈਂ ਕਮਿਸ਼ਨ ਜੁਆਇਨ ਕੀਤੀ ਹੈ ਮੈਨੂੰ ਇਹ ਹੀ ਦੱਸਿਆ ਜਾ ਰਿਹਾ ਸੀ ਕਿ 30,000 ਤੋਂ ਅਬਵ ਲੜਕੀਆਂ ਸਫ਼ਰ ਕਰ ਰਹੀਆਂ ਨੇ, ਕੋਈ ਸੁਰ ਪਤਾ ਨਹੀਂ ਉਹਨਾਂ ਦੀ ਫੈਮਿਲੀਜ਼ ਦਾ, ਉਹਨਾਂ ਦੇ ਜਿਹੜੇ ਸਪਾਊਸ ਨੇ ਕੁਛ ਪਤਾ ਨਹੀਂ, ਸ਼ਾਦੀ ਕੀਤੀ ਇੰਜੋਏ ਕੀਤਾ ਅਤੇ ਭੱਜ ਗਏ ਬਾਹਰ। ਉਹ ਬੜਾ ਇੱਕ ਸੈਂਸਿਟਿਵ ਮੁੱਦਾ ਸੀ, ਲੜਕੀਆਂ ਦੇ ਗਰੁੱਪ ਬਣ ਚੁੱਕੇ ਨੇ ਮੇਰੇ ਕੋਲ, ਉਹ ਆਉਂਦੀਆਂ ਨੇ ਜਿਹਦੇ 'ਚ ਪੜ੍ਹੀਆਂ ਲਿਖੀਆਂ ਲੜਕੀਆਂ ਇੰਜੀਨੀਅਰਿੰਗ ਨੇ, ਡਾਕਟਰਸ ਨੇ ਅਤੇ ਹਾਈ ਕੁਆਲੀਫਾਈਡ ਨੇ, ਅਤੇ ਬੜਾ ਹੀ ਇੱਕ ਹੈ ਮੈਨੂੰ ਪਰੇਸ਼ਾਨ ਕਰ ਰਿਹਾ ਸੀ ਕਿ ਮੇਰੇ ਕੋਲ ਉਹਨਾਂ ਵਾਸਤੇ ਕੋਈ ਸਲਿਊਸ਼ਨ ਨਹੀਂ ਹੈਗਾ। ਮੈਨੂੰ ਮੈਸੇਜ ਕਰਦੀਆਂ ਰਹਿੰਦੀਆਂ ਨੇ, ਟਵਿੱਟਰ 'ਤੇ ਮੈਸੇਜ ਕਰਦੀਆਂ ਨੇ, ਫੇਸਬੁੱਕ 'ਤੇ ਮੈਸੇਜ ਕਰਦੀਆਂ ਨੇ ਮੈਨੂੰ। ਈਵਨ ਕੈਨੇਡਾ ਤੋਂ ਕੁਛ ਲੜਕੀਆਂ ਨੇ ਮੈਨੂੰ ਧਮਕੀ ਵੀ ਦਿੱਤੀ ਜਦੋਂ ਮੈਂ ਮੁੱਦਾ ਸਟਾਰਟਿੰਗ ਵਿੱਚ ਹੀ ਚੁੱਕਿਆ, ਮੈਨੂੰ ਵਲਗਰ ਕਮੈਂਟਸ ਪਾਏ ਗਏ, ਬਟ ਡਜ਼ਨਟ ਮੈਟਰ ਫੋਰ ਮੀ, ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦੇ। ਹੁਣ ਵੀ ਕੱਲ੍ਹ ਇੱਕ ਲੜਕੇ ਨੇ ਮੈਨੂੰ ਕਮੈਂਟ ਪਾਇਆ ਕਿ ਤੇਰਾ ਮਰਡਰ ਕਰਕੇ ਅੰਦਰ ਜਾਵਾਂਗਾ। ਠੀਕ ਹੈ, ਐਕਸੈਪਟਿਡ ਹੈ, ਜ਼ਿੰਦਗੀ ਇੱਕ ਵਾਰ ਮਿਲੀ ਹੈ, ਮੌਤ ਵੀ ਇੱਕ ਵਾਰ ਆਉਣੀ ਹੈ, ਪਰ ਮੇਰਾ ਕੰਮ ਨਹੀਂ ਰੁਕੇਗਾ। ਅਤੇ ਇਹ ਮੁੱਦਾ ਲੈ ਕੇ ਮੈਂ ਕੱਲ੍ਹ ਮਾਨਯ ਪ੍ਰਧਾਨ ਮੰਤਰੀ ਜੀ ਕੋਲੋਂ ਟਾਈਮ ਮੰਗਿਆ। ਮੈਂ ਨੈਸ਼ਨਲ ਵੁਮੈਨ ਕਮਿਸ਼ਨ ਤੋਂ ਬਾਅਦ ਪਹਿਲੀ ਚੇਅਰਪਰਸਨ ਹਾਂ ਜਿਹਨੂੰ PM ਨੂੰ ਮਿਲਣ ਦਾ ਮੌਕਾ ਮਿਲਿਆ, ਔਰ ਬਹੁਤ ਖੁਸ਼ ਸੀ ਇੱਕ ਇਹੋ ਜਿਹੀ ਪਰਸਨੈਲਿਟੀ ਨੂੰ ਮਿਲ ਕੇ ਕਿ ਬੜਾ ਪੋਜ਼ਿਟਿਵ ਉਹ ਵੀ ਬੜੇ ਸੰਵੇਦਨਸ਼ੀਲ ਸੀ। ਇੱਕ ਪ੍ਰਧਾਨ ਮੰਤਰੀ ਨੇ ਬਹੁਤ ਸਾਰੀ ਰਿਸਪੋਂਸੀਬਿਲਿਟੀ ਉਹਨਾਂ 'ਤੇ, ਪੂਰੇ ਦੇਸ਼ ਨੂੰ ਦੇਖ ਰਹੇ ਨੇ, ਸਾਡੇ ਕੌਂਸਟੀਟਿਊਸ਼ਨ ਦੇ ਰਕਸ਼ਕ ਨੇ, ਇੰਡੀਆ ਨੂੰ ਰੀਪ੍ਰਜੈਂਟ ਕਰ ਰਹੇ ਨੇ, ਇੰਡੀਆ ਦੇ ਹੈੱਡ ਨੇ। ਜਦੋਂ NRI ਗਰਲ ਦਾ ਉਹਨਾਂ ਨਾਲ ਗੱਲ ਛਿੜੀ, ਮੇਰੀ ਜਾ ਕੇ ਗੱਲ ਸ਼ੁਰੂ ਹੋਈ, ਅਤੇ ਉਹਨਾਂ ਦਾ ਇੱਕੋ ਹੀ ਸਵਾਲ ਸੀ, ਬੜਾ ਹੀ ਲੌਜਿਕ ਸੀ ਉਸ ਸਵਾਲ ਵਿੱਚ ਕਿ ਤੁਸੀਂ ਪੰਜਾਬ ਦੀ ਕਮਿਸ਼ਨ ਨੂੰ ਲੀਡ ਕਰ ਰਹੇ ਹੋ, ਮੇਰਾ ਵੀ ਤੁਹਾਨੂੰ ਬੁਲਾਉਣ ਦਾ ਸੁਣਨ ਦਾ ਮਕਸਦ ਸੀ ਇੱਕ ਇਹ ਕਿ ਪੰਜਾਬ ਦੀ ਫੈਮਲੀਆਂ ਆਪਣੀ ਬੱਚੀਆਂ ਵਾਸਤੇ ਸ਼ਾਦੀ ਬਾਹਰ ਹੀ ਕਿਉਂ ਕਰਨਾ ਚਾਹੁੰਦੇ ਨੇ, ਉਹਨਾਂ ਦਾ ਕੀ ਮੋਟਿਵ ਹੈ, ਕਿਉਂ ਮਨ ਵਿੱਚ ਬਿਠਾ ਲੈਂਦੇ ਨੇ ਕਿ ਲੜਕੀ ਦੀ ਸ਼ਾਦੀ ਬਾਹਰ ਹੀ ਹੋਏ। ਬੜਾ ਅੱਛਾ ਉਹਨਾਂ ਦਾ ਕੁਐਸਚਨ ਸੀ, ਉਹਨਾਂ ਨੇ ਮੈਨੂੰ ਕਿਹਾ ਕਿ ਇਹਦੇ 'ਤੇ ਵੀ ਤੁਹਾਡੇ ਕੰਮ ਹੋਣਾ ਚਾਹੀਦਾ, ਕਾਉਂਸਲਿੰਗ ਹੋਣੀ ਚਾਹੀਦੀ ਪਰਿਵਾਰਾਂ ਦੀ ਕਿ ਬਾਹਰ ਜਾ ਕੇ ਵੀ ਬੱਚੀਆਂ ਸਫ਼ਰ ਤਾਂ ਨਹੀਂ ਕਰ ਰਹੀਆਂ, ਪਰ ਕਿਉਂਕਿ ਉਹ ਕਹਿੰਦੇ ਕਿ ਇਹ ਸਾਡੇ ਦੇਸ਼ ਦੀ ਬੇਟੀਆਂ ਸਫ਼ਰ ਕਰ ਰਹੀਆਂ ਨੇ। ਬੜਾ ਸੰਵੇਦਨਸ਼ੀਲ ਮੁੱਦਾ ਹੈ, ਇਹਦੇ 'ਤੇ ਇੱਕ ਬਹੁਤ ਅੱਛੀ ਸਾਡੀ ਸੈਂਟਰਲ ਗਵਰਨਮੈਂਟ ਪੋਲਿਸੀ ਬਣਾਉਣ ਜਾ ਰਹੀ ਹੈ। ਆਲਰੇਡੀ ਉਹ ਕਹਿੰਦੇ ਇਹਦੇ 'ਤੇ ਕੰਮ ਚੱਲ ਰਿਹਾ ਹੈ, ਔਰ ਇਨ ਫਿਊਚਰ ਉਹਨਾਂ ਨੇ ਮੈਨੂੰ ਇੱਕ ਬੜਾ ਸਟਰੋਂਗ ਮੈਸੇਜ ਦਿੱਤਾ ਕਿ ਤੁਸੀਂ ਮੇਰਾ ਇਹ ਮੈਸੇਜ ਜਾ ਕੇ ਪੰਜਾਬ ਦੀ ਬੇਟੀਆਂ ਨੂੰ ਦੇਣਾ ਹੈ, ਫੈਮਲੀਜ਼ ਨੂੰ ਦੇਣਾ ਹੈ, ਕਿ ਕੋਸ਼ਿਸ਼ ਇਹ ਹੀ ਕਰਨ ਕਿ ਜੇ ਤੁਸੀਂ ਬਾਹਰ ਆਪਣੀ ਬੱਚੀ ਦੀ ਸ਼ਾਦੀ ਕਰਨਾ ਵੀ ਚਾਹੁੰਦੇ ਹੋ ਤਾਂ ਪੂਰੀ ਮਜ਼ਬੂਤੀ ਨਾਲ ਉਹਦੀ ਇਨਵੈਸਟੀਗੇਸ਼ਨ ਕਰਨ। ਹੋਰ ਜੋ ਕਿ ਸਾਡਾ ਵੀ ਇਹ ਸੁਝਾਅ ਆਲਰੇਡੀ ਪਹਿਲੇ ਫੈਮਲੀਜ਼ ਨਾਲ ਸਾਡਾ ਰੂਬਰੂ ਆਪਾਂ ਹੁੰਦੇ ਰਹੇ ਹਾਂ ਕਿ ਗੁਰਦੁਆਰੇਜ਼ ਨੂੰ ਜਿਹੜੇ ਪੰਚਾਇਤ ਮੈਂਬਰਸ ਨੇ ਉਹਨਾਂ ਨੂੰ ਨਾਲ ਇਨਵੋਲਵ ਕਰਕੇ ਰਹਿਣ, ਪਰ ਪ੍ਰਧਾਨ ਮੰਤਰੀ ਦਾ ਬੜਾ ਸਟਰੋਂਗ ਸੀ ਕਿ ਆਪਾਂ ਇਹਦੇ 'ਤੇ ਆਲਰੇਡੀ ਕੰਮ ਕਰਨ ਜਾ ਰਹੇ ਹਾਂ। ਬਿਊਰੋ ਰਿਪੋਰਟ, ਆਵਾਜ਼ ਕੰਮ ਟੀਵੀ।